ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਇੱਕ ਥੋੜ੍ਹੇ ਜਿਹੇ ਪੈਸੇ ਲਾਉਣੇ ਪੈਣੇ ਆਪਾਂ ਨੂੰ ਗੱਡੀ ਦੇ, ਕਿ ਬਾਹਲੇ ਜ਼ਿਆਦਾ ਵੀਰ ਕਹਿੰਦੇ ਆ ਵੀ ਵੀਰੇ ਮਾੜੇ ਜਿਹੇ ਟਾਇਰ ਥੋੜ੍ਹੇ ਚੌੜੇ ਪਾ ਦੀਏ, ਹੈ ਨਾ? ਅਤੇ ਹੁਣ ਆਪਾਂ ਲੱਗੇ ਹਾਂ ਟਾਇਰ ਚੌੜੇ ਪਾਉਣ ਆਪਣੇ ਯੋਕੋਹਾਮਾ ਦੇ ਪਾਉਣ ਲੱਗੇ ਹਾਂ ਆਪਣੇ ਕੀ ਨੋ ਆ ਉਹਨਾਂ ਦਾ ਟਾਇਰ ਕੀ ਕਹਿੰਦੇ ਆ ਉਹਨਾਂ ਨੂੰ ਯੋਕੋਹਾਮਾ ਦੇ, ਇਹ ਤੋਂ ਇੱਕ ਨੰਬਰ ਚੌੜਾ, ਇਹ 2.65 ਆ, ਉਹ 2.85 ਪਾ ਦੇਣਾ ਆਪਾਂ, ਬਸ ਉਹਦੇ ਨਾਲ ਗ੍ਰਿਪ ਸੋਹਣੀ ਬਣ ਜੂ ਅਤੇ ਸਹੀ ਹੋ ਜੂ, ਪੂਰਾ ਵਧੀਆ ਚੱਲਣ ਲੱਗ ਜੂ। ਹਾਂ ਇਹ 2.65 ਆ, ਉਹ 2.85 ਪੈ ਜਾਣਾ, ਇੱਕ ਗੱਡੀ ਸੋਹਣੀ ਲੱਗਣ ਲੱਗ ਜੂ ਅਤੇ ਇੱਕ ਗੱਡੀ ਦਾ ਰੋਹਬ ਵੱਖਰਾ ਹੋ ਜੂ ਟਾਇਰ ਪਾਉਣ ਨਾਲ, ਹੈ ਨਾ? ਅਤੇ ਉਹ ਪਾਉਣ ਲੱਗਿਆ ਹੁਣ, ਲੈ ਗਏ ਖੋਲ੍ਹ ਕੇ ਆਪਣੀ ਰਾਣੀ ਸੁੰਦਰਾਂ ਨੂੰ, ਇਹਨਾਂ ਦੇ ਮੌਂਗਾ ਵਾਲਿਆਂ ਦੇ ਆਏ ਹਾਂ ਅਤੇ ਏਜੰਸੀ 'ਚ ਕੰਮ ਸੀਗਾ ਜਿਹੜਾ ਉਹ ਕਰਵਾ ਤਾ, ਜਿਹੜਾ ਉਹ ਮੀਟਰ ਨਹੀਂ ਨਾ ਚੱਲਦੀ, 1 ਮਿੰਟ ਲਾਇਆ ਉਹਨਾਂ ਨੇ, ਕੰਪਿਊਟਰ ਲਾ ਕੇ ਬਸ ਰੀਸੈਟ ਜਿਹਾ ਕਰਨਾ ਸੀ, ਉਹ ਕਰਤਾ ਅਤੇ ਉਹ ਹੋ ਗਿਆ ਸੈੱਟ ਸਾਰਾ। ਅਤੇ ਹੁਣ ਦੇਖ ਬਸ ਇੰਨੇ ਕੁ ਨਾਲ ਹੀ ਇਹਨੇ ਟੋਰੀ ਪੂਰੀ ਲੱਗਣ ਲੱਗ ਜਾਣਾ, ਹੈ ਨਾ? ਇੱਕ ਉਹ ਗਲੋਬਲ ਲਿਖਿਆ ਹੋਇਆ ਉਹ ਲਾਉਣਾ ਇਹਨਾਂ ਤੋਂ, ਵੀ ਉਹ ਲਾ ਦਿਓ ਯਾਰ, ਉਹ ਨਹੀਂ ਲਾਉਣਾ ਆਪਾਂ। ਜਿੰਨੀ ਗੱਡੀ ਨੂੰ ਸਿੰਪਲ ਰੱਖੋ, ਸਿੰਪਲ ਸਿਟੀ, ਉਨੀ ਗੱਡੀ ਸੋਹਣੀ ਲੱਗਦੀ ਆ, ਉਨੀ ਹੀ ਜੱਚਦੀ ਆ, ਹੈ ਨਾ? ਇਹਨਾਂ ਨੂੰ ਰੰਗ ਕਰਾਉਣਾ ਚਾਹੀਦਾ ਕਿ ਨਹੀਂ? ਆਪਾਂ ਜਿਹੜਾ ਟਾਇਰ ਪਵਾਇਆ ਵਾ ਉਹਦਾ ਹੈਗਾ ਵਾ ਯੋਕੋਹਾਮਾ ਦਾ ਜੀਓ ਲੈਂਡਰ, ਬਹੁਤ ਸੋਹਣਾ ਟਾਇਰ ਆ, ਪੂਰਾ ਵਧੀਆ। ਹੁਣ ਬਾਕੀ ਪਰਫੋਰਮੈਂਸ ਤਾਂ ਚੱਲਣ ਦੀ ਪਤਾ ਲੱਗੂ, ਉਹ ਹੁਣ ਇਹਦੇ ਮੀਟਰ ਮੂਟਰ ਸਾਰੇ ਚੱਲ ਪਏ, ਹੁਣ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਹੁਣ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ, ਵੀ ਸਾਰੇ ਚੱਲ ਪਏ ਵਿਚਲੇ ਫੀਚਰ ਜੇ। ਟਾਇਰ ਪਾ ਕੇ ਉਹਨਾਂ ਦੀ ਉਹ ਕਰਦੇ ਆ ਜਿਹੜੀ ਅਲਾਈਨਮੈਂਟ ਜੀ, ਵੀਲ ਬੈਲੈਂਸਿੰਗ ਕਹਿ ਦਿੰਦੇ ਆ। ਰਿਮ ਪਏ ਆਪਣੇ ਵਾਲ, ਲਓ ਜੀ ਪੈ ਗਏ ਆਪਣੇ ਟਾਇਰ ਜੀਓ ਲੈਂਡਰ ਏਟੀ ਯੋਕੋਹਾਮਾ 2.85। ਇਹਦੇ ਨਾਲ ਮਗਰੋਂ ਵੀ ਜਚਣ ਲੱਗ ਜਾਣਾ ਨਾ। ਲੁੱਕ ਦੇਖੋ ਕਿੰਨੀ ਸੋਹਣੀ ਬਣ ਗਈ ਟਾਇਰ ਪਾਉਣ ਨਾਲ, ਹੈ ਨਾ? ਸਿਰਫ ਨਾਲੇ ਕੁਛ ਨਹੀਂ ਕੀਤਾ, ਨਾ ਉੱਚੇ ਹੋਇਆ ਨਾ ਕੁਛ ਹੋਰ ਹੋਇਆ, ਹੈ ਨਾ? ਟਾਇਰਾਂ ਗੱਡੀ ਦੀ ਲੁੱਕ ਹੀ ਚੇਂਜ ਹੋ ਗਈ, ਧਾਕੜ ਜਿਹੀ ਲੱਗਣ ਲੱਗ ਗਈ। ਆਦੇ ਆਹ ਕੰਮ ਐਵੇਂ ਸੌਖਾ ਹੋਇਆ ਹੁਣ ਥਾਰ ਦੇ ਵਿੱਚ। ਅੱਗੇ ਇਹ ਚੀਜ਼ਾਂ ਨਾ ਸੀਟਾਂ ਸੁੱਟ ਕੇ ਉੱਤੇ ਥੋਕ ਲੈਣੀਆਂ, ਵੀ ਉੱਤੇ ਸਿੱਟੋ ਸਮਾਨ ਸਾਰਾ, ਫਿਰ ਹੋਣਾ। ਹੁਣ ਇਹਦਾ ਨਜ਼ਾਰੇਦਾਰ ਆ ਕੰਮ। ਕਿੰਨੀ ਰਹਿ ਗਈ? ਹੋ ਗਈ ਹੈਗੀ ਆ ਹਲੇ ਵੀ। ਇਹ ਦੇਖੋ ਇਹ ਨਜ਼ਾਰੇਦਾਰ ਆ ਨਾ ਕੰਮ, ਪੂਰਾ ਜਿਵੇਂ ਮਰਜ਼ੀ ਰੱਖੋ, ਰੱਖ ਕੇ ਉੱਤੇ ਟਾਪਾ ਲਾ ਦਿਓ ਚੱਕ ਮੇਰੇ ਕੋਲ,
ਹੁਣ ਇਹ ਇੰਨੀਆਂ ਪੇਟੀਆਂ ਥਾਰ 'ਚ ਨਹੀਂ ਆਉਂਦੀਆਂ, ਕਿਉਂਕਿ ਥਾਰ ਦੀਆਂ ਦੋਨੇ ਸੀਟਾਂ ਸੈੱਟ ਕੇ ਫਿਰ ਮੈਂ ਰੱਖਦਾ ਹੁੰਦਾ ਸੀ ਜੇ ਆਉਣਾ ਸੀ ਥਾਰ 'ਚ, ਨਹੀਂ ਬਲੈਰੋ ਲਿਆਉਣੀ ਪੈ ਜਾਂਦੀ ਸੀ ਹੈ ਨਾ, ਤਾਂ ਆਉਂਦੀਆਂ ਸੀ ਉਹ 'ਚ। ਅਤੇ ਕਿਉਂਕਿ ਦਵਾਈ ਪਹਿਲੇ ਵਾਲੀ ਮੁੱਕ ਗਈ, ਹੁਣ ਦੁਬਾਰਾ ਹਜੇ ਦੁਬਾਰਾ ਨਹੀਂ, ਹਜੇ ਤਾਂ ਪਹਿਲਾ ਸ਼ਡਿਊਲ ਹੀ ਚੱਲਦਾ ਜਾਣੀ ਕਿ। ਆਹੋ ਹੋ ਗਿਆ ਵੀਰੇ, ਤੁਹਾਨੂੰ ਵੀ ਆਹ ਦੇਖੋ ਐਂ ਲਾਦਾ ਡਾਲਾ ਅਤੇ ਉੱਤੇ ਲਾ ਦਿਓ ਸਵੈਟਰ, ਚੱਕੋ ਜੀ ਸਮਾਨ ਹੋ ਗਿਆ ਆਪਣਾ ਕਵਰ। ਮੇਰੀ ਨਾ ਆਦਤ ਨਹੀਂ ਹੈਗੀ ਵੀ 70-80-90-100 ਤੇ ਗੱਡੀ ਭਜਾਉਣ ਦੀ, ਪਰ ਅੱਜ ਇਹਦਾ ਮੀਟਰ ਚੱਲ ਪਿਆ ਤਾਂ ਮਿੰਟਾਂ 'ਚ 80-90 ਦੇ ਮਾੜੇ ਜਿਹੇ ਨਾਲ ਹੀ ਚੱਲ ਜਾਂਦੀ ਆ। ਤਾਂ ਹੀ ਕਹਿੰਦੇ ਹੁੰਦੇ ਆ ਵੀ ਫੋਰਚੂਨਰ ਬਾਟਾਂ ਨਿਬੇੜਦੀ ਆ, ਫਲਾਨਾ ਕਰਦੀ ਆ, ਹੈ ਨਾ, ਅਤੇ ਬਹੁਤ ਵਧੀਆ ਜਾਣੀ ਕਿ ਚੱਲਦੀ ਆ ਗੱਡੀ, ਹੈ ਨਾ, ਵੀ ਦਿਲ ਨੂੰ ਲੱਗੀ, ਪੂਰੇ ਦਿਲ ਨੂੰ ਲੱਗ ਗਈ ਗੱਡੀ, ਡਰਾਈਵ ਇੰਨੀ ਕੰਫਰਟ ਡਰਾਈਵ ਆ ਨਾ। ਅਤੇ ਆਪਾਂ ਟਾਇਰ ਪਾਤੇ ਜਿਹੜੇ ਇੱਕ ਨੰਬਰ ਚੌੜਾ ਕਰਿਆ ਵਾ, ਹੈ ਨਾ, ਚੌੜੇ ਕਰਨ ਤੋਂ ਬਾਅਦ ਇੰਨੀ ਕੁ ਗੱਡੀ ਦੀ ਨਜ਼ਾਰੇਦਾਰ ਡਰਾਈਵ ਹੋ ਗਈ ਨਾ, ਜਮ੍ਹਾਂ ਵੀ ਨਹੀਂ ਹੈਲਦੀ ਗੱਡੀ, ਅਤੇ ਬਹੁਤ ਸੋਹਣੀ ਚੱਲਦੀ। ਇੱਕੋ ਮੂਡ ਦੇ ਵਿੱਚ ਹੀ ਚਲਾ ਰਿਹਾ ਮੈਂ, ਹਜੇ ਤੱਕ ਪਾਵਰ ਮੂਡ ਯੂਜ਼ ਨਹੀਂ ਕੀਤਾ ਬਿਲਕੁਲ ਵੀ, ਹਜੇ ਦੇਖਿਆ ਹੀ ਨਹੀਂ, ਕਿਉਂਕਿ ਕਿਤੇ ਮੇਨ ਹਾਈਵੇ 'ਤੇ ਗਿਆ ਹੀ ਨਹੀਂ। ਲੁਧਿਆਣੇ ਜਾ ਕੇ ਆਇਆ, ਉੱਥੇ ਤੁਹਾਨੂੰ ਪਤਾ ਗੇਅਰ ਹੀ ਨਹੀਂ ਪੈਂਦਾ, ਵੀ 6ਵਾਂ ਗੇਅਰ ਯੂਜ਼ ਕਰਿਆ ਹੋਵੇ, 6ਵਾਂ ਗੇਅਰ ਵਾਲਾ ਕੰਮ ਹੀ ਨਹੀਂ ਹੋਇਆ ਹਜੇ ਤੱਕ ਕਿਸੇ ਪਾਸੇ ਨੂੰ ਵੀ ਵਧੀਆ ਦੂਰ ਤੱਕ ਜਾਵੇ, ਹੈ ਨਾ, ਅਤੇ ਇਹ ਚੀਜ਼ ਹੋਈ ਹੋਈ ਨਹੀਂ ਹਜੇ ਤੱਕ ਕਿਤੇ ਵੀ। ਅਤੇ ਅੱਜ ਫਰਸ਼ ਕਾਫੀ ਚਿਣਦਾ, ਅੱਜ ਸ਼ਾਮ ਤੱਕ ਕਾਫੀ ਲਾ ਦੇਣਗੇ ਨੇੜੇ ਫਰਸ਼ ਬੰਦੇ। ਆ ਖੜੀ ਆਪਣੀ ਲਾਡੋ ਰਾਣੀ ਖੜੀ ਆ, ਦੋ ਲਾਡੋ ਰਾਣੀਆਂ ਇਕੱਠੀਆਂ ਹੋਣੀਆਂ ਹੁਣ ਆਪਣੇ ਕੋਲ, ਠੀਕ ਨਹੀਂ ਇੱਥੋਂ। ਹਾਂ ਇੱਕ ਦੋ ਵੀਰਾਂ ਨੇ ਪੁੱਛਿਆ ਵੀਰੇ, ਹਾਂਜੀ ਇਹ ਆਟੋਮੈਟਿਕ ਆ, ਫੋਰਚੂਨਰ ਵਾਲਾ ਹੀ ਆ ਵੀਰੇ, ਇਹਦੇ ਵਿੱਚ ਸਭ ਕੁਛ ਸਾਰਾ ਡਿਟੋ ਆਲ ਟੋਟਲ ਫੋਰਚੂਨਰ ਆ ਇਹ। ਇਹ ਖੜੀ ਆਪਣੀ ਲਾਡੋ ਰਾਣੀ, ਇਹਦੇ ਵੀ ਜੀਓ ਲੈਂਡਰ ਦੇ ਹੀ ਪਾਏ ਹੋਏ ਆ। ਇਹਦੇ ਕਿੰਨਾ ਸੀਗਾ ਟਾਇਰ, ਇਹਦੇ 2.35 ਆ, ਇਹਦੇ ਵੀ ਯੋਕੋ ਹੋਮਾ ਦੇ ਪਾਏ ਹੋਏ, ਮੇਰੇ ਮੂਹਰੇ ਵੀ ਯੋਕੋ ਹੋਮਾ, ਪਿੱਛੇ ਵੀ ਯੋਕੋ ਹੋਮਾ ਦੇ ਆ, ਸੇਮ ਹੀ ਸੀਗਾ ਟਾਇਰ, ਉਹਦੇ ਵੀ ਹੁਣ ਯੋਕੋ ਹੋਮਾ ਦੇ ਕਰਤੇ ਟਾਇਰ, ਉਹਦੇ ਜਚਣ ਬਹੁਤ ਲੱਗ ਗਿਆ ਟਾਇਰ, ਦੇਖੋ ਪੂਰਾ ਜੱਜਦਾ ਟਾਇਰ। ਉਹ ਇੱਕ ਗੱਲ ਆ, ਤਿੰਨੇ ਲਾਡੋ ਰਾਣੀਆਂ ਲਾਈਨ 'ਚ ਖੜੀਆਂ ਆਪਣੀਆਂ, ਜਿਨ੍ਹਾਂ ਨਾਲ ਆਪਣੀ ਜ਼ਿੰਦਗੀ ਨਿਕਲੀ ਆ, ਵੀ ਜਿੰਨੀ ਕੁ ਉਮਰ ਨਿਕਲ ਗਈ ਹਜੇ ਤੱਕ, ਪਹਿਲਾਂ ਜ਼ਿੰਦਗੀ ਦੇ ਵਿੱਚ ਆ ਆਈ, ਹੈ ਨਾ, ਆ ਖੜੀ ਆ ਇਹ ਲਾਡੋ ਰਾਣੀ ਆਈ, ਠੀਕ ਆ, ਪਹਿਲਾਂ ਜ਼ਿੰਦਗੀ 'ਚ ਆਹ ਲਾਡੋ ਰਾਣੀ, ਇਹਨੇ ਗੱਡੀ ਵਾਲਾ ਕਰਿਆ ਸੀ ਮੈਨੂੰ, ਵੀ ਪਰਸਨਲ ਗੱਡੀ ਮੇਰੀ ਆਹ ਹੁੰਦੀ ਸੀ, ਠੀਕ ਆ, ਫਿਰ ਉਦੋਂ ਬਾਅਦ ਆਹ ਆਈ, ਆਹ ਮਿਲੀ ਪਰਸਨਲ ਗੱਡੀ ਆਪਾਂ ਨੂੰ, ਠੀਕ ਆ, ਵੀ ਹਾਂ ਮੇਰੀ ਗੱਡੀ, ਅਤੇ ਫਿਰ ਉਦੋਂ ਬਾਅਦ ਥਾਰ ਆਈ, ਅਤੇ ਥਾਰ ਤੋਂ ਬਾਅਦ ਹੁਣ ਆ ਆਈ, ਹੁਣ ਥਾਰ ਪਿੱਤਰ ਦੀ ਹੋ ਗਈ, ਹੁਣ ਆਪਣੇ ਕੋਲ ਆ ਆਈ ਆ, ਆਹ ਲਾਡੋ ਰਾਣੀ ਆਈ ਆ। ਇੱਦਾਂ ਫਰਸ਼ ਦਾ ਕੰਮ ਵੀ ਚੱਲਣ ਲੱਗਿਆ ਹੈ ਜ਼ੋਰਾਂ 'ਤੇ ਪੂਰਾ, ਅਤੇ ਲੱਗੇ ਹੋਏ ਆ ਬੰਦੇ, ਆਪਣੇ ਡਿਜ਼ਾਇਨ 'ਤੇ ਡਿਜ਼ਾਇਨ ਪਾਈ ਜਾਂਦੇ ਆ। ਅੱਜ ਗਰਮੀ ਬਹੁਤ ਸੀ, ਬੱਟ ਬਹੁਤ ਉੱਠਿਆ ਹੋਇਆ ਵਾ, ਅਤੇ
ਆਹ ਦੇਖੋ ਆਹ ਡਿਜ਼ਾਇਨ ਜਿਹਾ ਪਾਇਆ ਇਹਨਾਂ ਨੇ, ਬਾਹਲੇ ਫੁੱਲ ਫਲ ਤਾਂ ਨਹੀਂ ਪਏ, ਥੋੜ੍ਹੇ ਹੀ ਪਏ ਆ, ਪਰ ਚਲੋ ਬਥੇਰੇ ਆ ਇੰਨੇ ਕੁ ਵੀ, ਸੋਹਣਾ ਲੱਗਦਾ ਇੰਨਾ ਕੁ, ਕੋਈ ਮਾੜਾ ਨਹੀਂ ਲੱਗਦਾ। ਅਤੇ ਉੱਧਰ ਘੋੜੂ ਆ ਪਾਉਣ ਲੱਗੇ ਹੋਏ ਆ, ਹੁਣ ਤਾਂ ਲਾ ਲਾਈਟ ਬਥੇਰੀ ਸੀ, ਕਿੰਨੀ ਆਈ ਅੱਜ 370 ਹੀ ਆਈ ਆ। ਆਹ ਤੇਰਾ ਨੀਵਾਂ ਕਾਹਤੋਂ ਲੱਗਿਆ, ਕਿੰਨੇ ਦਿਨ ਲੱਗਣਗੇ ਹਜੇ ਹੋਰ, ਕਿੰਨੇ ਦਿਨ ਲੱਗਣਗੇ ਹੋਰ, ਹੈ 4 ਦਿਨ ਦਾ। ਫਿਰ ਆਪਾਂ ਉੱਧਰ ਵੀ ਲਾਉਣਾ ਘਰੇ, ਕੰਮ ਨਹੀਂ ਤੁਹਾਨੂੰ ਮੁੱਕਣ ਦਿੰਦੇ, ਹੁਣ ਲਾਈ ਚੱਲੋ। ਪਰ ਆਹ ਤੇ ਆਹ ਵੀ ਨੀਵਾਂ ਰਹਿ ਗਿਆ ਯਾਰ, ਬੈਠ ਗਈ ਇਹ, ਨਹੀਂ ਉਹ ਤਾਂ ਠੀਕ, ਇਹਨੂੰ ਉੱਚੀ ਚੱਕ ਦੇ, ਹਾਂ ਲੋਡ ਕਰਦੀ ਫਿਰ, ਅੱਛਾ ਠੀਕ ਆ, ਬਾਅਦ ਚ ਚੱਕੇਗਾ ਫਿਰ, ਠੀਕ ਆ। ਕੋਈ ਜਿਵੇਂ ਇਹ ਟਾਇਲ ਲਾ ਕੇ ਕੋਈ ਹਲਕੀ ਚੀਜ਼ ਉੱਤੇ ਨਹੀਂ ਨਿਗਾ ਸਕਦੇ, ਹਾਂ ਨਹੀਂ ਮੈਂ ਤਾਂ ਤੇਰੇ ਲਈ ਕਹਿੰਦਾ ਵੀ ਜੇ ਕੋਈ ਦਬੂ ਤਾਂ ਪਤਾ ਲੱਗ ਜੂ ਫਿਰ ਨਿਗਾ ਸਕਦੇ। ਨਹੀਂ ਆਪਣੇ ਕੋਲ ਇੱਕ ਛੋਟਾ ਜਿਹਾ ਟਰੈਕਟਰ ਆ, ਜਮਾਂ ਹੀ ਛੋਟਾ ਜਿਹਾ, ਉਹਦਾ ਭਾਰ ਹੈ ਨਹੀਂ ਬਾਲਾ। ਚੱਲ ਉਹ ਦੇਖ ਲਈ ਤਾਂ, ਆਹ ਪੱਖਾ ਬਹੁਤ ਕੰਮ ਦਿੰਦਾ ਆਪਾਂ ਨੂੰ, ਇੱਥੇ ਲੱਗਿਆ ਹੋਇਆ, ਬੰਦੇ ਬੈਠੇ ਰਹਿੰਦੇ ਇੱਥੇ। ਅਤੇ ਇੱਧਰ ਬਾਈ ਅੰਕਲ ਹੋਣੀ ਘੋੜੂਆ ਪਾਉਂਦੇ ਆ, ਅੱਜ ਪਹਿਲਾਂ ਹੋਰ ਕੰਮ ਕਰਨ ਲੱਗ ਗਏ ਸੀ, ਤਿੰਨੋ ਰਾਣੀਆਂ ਸੁੰਦਰਾਂ ਇਕੱਠੀਆਂ ਹੋ ਗਈਆਂ। ਦੇਖੋ ਤਿੰਨੇ ਰਾਣੀਆਂ ਸੁੰਦਰਾਂ ਇਕੱਠੀਆਂ ਖੜੀਆਂ ਨਾ, ਸੋਹਣੀਆਂ ਲੱਗਦੀਆਂ ਨਾ ਆਪਣੀਆਂ,